ਜਿਨ੍ਹਾਂ ਨੇ ਇਸ ਜੰਗ ਵਿੱਚ ਆਪਣੇ ਪੁੱਤਾਂ ਮੁਰੀਦਾਂ ਰਾਹੀਂ ਦਸਮੇਸ਼ ਪਿਤਾ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ। ਐਸੇ ਸਦਕਾ ਕਲਗੀਧਰ ਨੇ ਆਪਣੀ ਦਸਤਾਰ ਕਹਿੰਦੇ ਸਹੀ ਜਿਸ ਵਿੱਚ ਕੇਸ ਵੀ ਸਨ ਗੁੱਡੂ ਸ਼ਾਹ ਨੂੰ ਹੁਕਮਨਾਮੇ ਸਮੇਤ ਬਖਸ਼ੀ ਸੀ। ਮਹਾਰਾਜਾ ਕਪੂਰ ਸਿੰਘ ਨੇ ਗੁੱਡੂ ਸ਼ਾਹ ਦੀ ਸੰਤਾਨ ਨੂੰ ਬਹੁਤ ਸਾਰੀਆਂ ਭੇਟਾਂ ਅਤੇ ਜਾਗੀਰ ਦੇ ਕੇ ਇਹ ਪਾਵਨ ਦਸਤਾਰ ਨਾਭਾ ਰਿਆਸਤ ਨੂੰ ਹਾਸਲ ਕਰ ਲਿਆ।